पंजाब सरकार ते 43,000 करोड़ का कर्जा उदा ही नहीं चढ़िया। ਇਹ ਸਰਕਾਰ ਦੀ ਜਿਹੜੀ ਝੂਠੀ ਤੇ ਫੋਕੀ ਸ਼ੋਹਰਤ ਦੀ ਭੁੱਖ ਹੈ, ਇਹਨੇ ਚੜਾਇਆ 43,000 ਕਰੋੜ ਦਾ ਕਰਜ਼ਾ। ਅੱਜ ਅਖਬਾਰਾਂ ਦੇ ਫੇਰ ਦੁਬਾਰਾ ਫਰੰਟ ਪੇਜ ਤੇ ਵੱਡੀਆਂ ਵੱਡੀਆਂ ਐਡਾਂ ਲਾ ਕੇ ਅੱਜ ਕੀ ਕਹਿ ਰਹੇ ਨੇ ਮੁੱਖ ਮੰਤਰੀ ਸਾਹਿਬ ਕਿ ਜੀ ਪੰਜਾਬ ਕਰਪਸ਼ਨ ਫਰੀ ਹੋ ਗਿਆ। ਹੁਣ ਮੇਰਾ ਪੰਜਾਬੀ ਵੀਰਾਂ ਨੂੰ ਇੱਕ ਸਵਾਲ ਹੈ ਕਿ ਜਿੱਥੇ ਵੀ ਤੁਸੀਂ ਪੰਜਾਬ 'ਚ ਬੈਠੇ ਹੋ ਆਪਣੇ ਦਿਲ ਤੇ ਹੱਥ ਰੱਖ ਕੇ ਦੱਸੋ ਕਿ ਕੀ ਕਰਪਸ਼ਨ ਪੰਜਾਬ ਦੇ ਵਿੱਚ ਬੰਦ ਹੋ ਗਈ। ਪੰਜਾਬ ਦੇ ਵਿੱਚ ਤਾਂ ਕਰਪਸ਼ਨ ਦੇ ਐਡੇ ਐਡੇ ਮਸਲੇ ਅੱਜ ਵੀ ਖੜੇ ਨੇ ਤੇ ਮੁੱਖ ਮੰਤਰੀ ਸਾਹਿਬ ਕਰੋੜਾਂ ਰੁਪਏ ਦੀ ਝੂਠੀ ਐਡਵਰਟਾਈਜ਼ਮੈਂਟ ਕਰਕੇ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਾ ਰਹੇ ਨੇ। ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਤਾਂ ਪੁੱਛਦਾ ਕਿ ਜਿਹੜਾ ਸਰਾਰੀ ਸਾਹਿਬ ਦਾ ਮਸਲਾ ਹੈ, ਉਹਨਾਂ ਦਾ ਮਿਨਿਸਟਰੀ ਤੋਂ ਅਸਤੀਫਾ ਲਿਆ ਸੀ, ਉਹ ਤਾਂ ਕਿਸੇ ਬੰਨੇ ਨਹੀਂ ਲੱਗਿਆ। ਹਰ ਰੋਜ਼ ਤੁਹਾਡਾ ਕੋਈ ਨਾ ਕੋਈ ਮੰਤਰੀ, ਕੋਈ ਨਾ ਕੋਈ MLA ਲੱਖਾਂ ਕਰੋੜਾਂ ਰੁਪਏ ਦੇ ਰਿਸ਼ਵਤਾਂ ਦੇ ਕੇਸਾਂ ਦੇ ਵਿੱਚ ਫਸ ਰਿਹਾ ਤੇ ਤੁਸੀਂ ਕਹਿੰਦੇ ਹੋ ਕਿ ਪੰਜਾਬ ਕਰਪਸ਼ਨ ਫਰੀ ਹੋ ਗਿਆ। ਮੁੱਖ ਮੰਤਰੀ ਸਾਹਿਬ, ਇੱਕ ਜਿਹੜੀ ਤੁਸੀਂ ਐਂਟੀ ਕਰਪਸ਼ਨ ਹੈਲਪਲਾਈਨ ਚਲਾਈ ਹੈ, ਕੀ ਉਹਦੇ ਤੇ ਸ਼ਿਕਾਇਤਾਂ ਆਉਣੀਆਂ ਬੰਦ ਹੋ ਗਈਆਂ? ਫਿਰ ਤਾਂ ਆਪਾਂ ਐਡਵਰਟਾਈਜ਼ਮੈਂਟ ਲਾਈਏ ਜੇ ਉਹ ਤੇ ਸ਼ਿਕਾਇਤਾਂ ਹੀ ਆਉਣੀਆਂ ਬੰਦ ਹੋ ਗਈਆਂ ਕਿ ਪੰਜਾਬ ਕਰਪਸ਼ਨ ਫਰੀ ਹੋ ਗਿਆ। ਹਲੇ ਥੋੜੇ ਦਿਨ ਪਹਿਲਾਂ ਤੁਸੀਂ ਸਾਰੇ ਪਰਿਵਾਰ ਸਮੇਤ ਸਰਕਾਰੀ ਹੈਲੀਕਾਪਟਰ ਤੇ ਧਰਮਸ਼ਾਲਾ ਜਾ ਕੇ ਆਏ ਹੋ, ਕੀ ਉਹ ਕਰਪਸ਼ਨ ਦਾ ਹਿੱਸਾ ਨਹੀਂ? ਔਰ ਉੱਥੇ ਤੁਸੀਂ ਖੜੇ ਹੋ ਕੇ ਬਾਅਦ ਦੇ ਵਿੱਚ ਆ ਕੇ ਉਹਦੇ ਸਟੇਜਾਂ ਤੋਂ ਇਹ ਗੱਲ ਕਹਿੰਦੇ ਹੋ ਕਿ ਕ੍ਰਿਕਟ ਟੀਮ ਦਾ ਇੱਕ ਖਿਡਾਰੀ ਤੁਹਾਡੇ ਕੋਲ ਆਇਆ ਜਿਹੜਾ ਕਹਿੰਦਾ ਜੀ ਮੇਰੇ ਤੋਂ 2 ਕਰੋੜ ਰੁਪਇਆ ਮੰਗਿਆ ਸਾਬਕਾ ਮੁੱਖ ਮੰਤਰੀ ਚੰਨੀ ਨੇ ਨੌਕਰੀ ਦਵਾਉਣ ਦਾ, ਤੇ ਤੁਸੀਂ ਕਹਿੰਦੇ ਹੋ ਪੰਜਾਬ ਕਰਪਸ਼ਨ ਫਰੀ ਹੋ ਗਿਆ। ਅੱਜ ਜ਼ਿੰਮੇਵਾਰੀ ਭਗਵੰਤ ਮਾਨ ਸਾਹਿਬ ਤੁਹਾਡੀ ਹੈ। ਉਹ ਜਿਹੜੀਆਂ ਦੋਨੋਂ ਟੀਮਾਂ ਖੇਡ ਰਹੀਆਂ ਸੀ ਉਹਦੇ 'ਚ ਸਿਰਫ 4-5 ਖਿਡਾਰੀ ਪੰਜਾਬ ਦੇ ਨੇ, ਦੱਸੋ ਉਹਨਾਂ 'ਚੋਂ ਕਿਹੜਾ ਐਸਾ ਖਿਡਾਰੀ ਹੈ ਜਿਹੜਾ 2 ਕਰੋੜ ਦੀ ਰਿਸ਼ਵਤ ਦੇਣ ਦੇ ਲਈ ਚੰਨੀ ਨੂੰ ਜਾਂ ਚੰਨੀ ਸਾਹਿਬ ਦੇ ਰਿਸ਼ਤੇਦਾਰਾਂ ਨੂੰ ਮਿਲਿਆ ਸੀ? ਉਹਦਾ ਨਾਮ ਜੱਗ ਜ਼ਾਹਿਰ ਕਰੋ, ਕਿਉਂਕਿ ਤੁਸੀਂ ਅੱਜ ਖਿਡਾਰੀਆਂ ਦੇ ਆਚਰਣ ਉੱਤੇ ਸਵਾਲ ਚੱਕ ਰਹੇ ਹੋ। ਉਹ ਖਿਡਾਰੀ ਜਿਹੜੇ ਇੰਡੀਆ ਟੀਮ ਖੇਡ ਰਹੇ ਨੇ ਉਹਨਾਂ ਦਾ ਐਡਾ ਵੱਡਾ ਕੈਲੀਬਰ ਹੈ ਤੇ ਤੁਸੀਂ ਕਹਿ ਰਹੇ ਹੋ ਕਿ ਜੀ ਉਹ ਰਿਸ਼ਵਤਾਂ ਦਿੰਦੇ ਨੇ ਨੌਕਰੀਆਂ ਲੈਣ ਦੇ ਲਈ? ਔਰ ਦੂਜੇ ਪਾਸੇ ਅਗਰ ਕੋਈ ਐਸੀ ਗੱਲ ਹੋਈ ਹੈ ਤਾਂ ਹੁਣ ਪਰਚਾ ਦੇ ਕੇ ਦਿਖਾਓ, ਸਾਰੀ ਕਹਾਣੀ ਸਾਹਮਣੇ ਲਿਆਓ, ਕਿਉਂਕਿ ਇਸ ਤਰੀਕੇ ਝੂਠਾ ਇੱਕ ਬਿਆਨ ਦੇ ਕੇ TRP ਖੱਟ ਕੇ ਤੁਹਾਨੂੰ ਜਾਣ ਨਹੀਂ ਦੇਵਾਂਗੇ। ਜਿਵੇਂ ਅੱਗੇ ਕਦੇ ਗੋਲਡੀ ਬਰਾੜ ਫੜ ਲਿਆ, ਕਦੇ BMW, ਕਦੇ ਅਨਮੋਲ ਬਿਸ਼ਨੋਈ, ਕਦੇ ਬੇਅਦਬੀਆਂ ਦਾ ਦੋਸ਼ੀ ਤੁਸੀਂ ਕਹਿ ਦਿੰਦੇ ਹੋ ਅਸੀਂ ਡਿਟੇਨ ਕਰ ਲਿਆ। ਹਰ ਇੱਕ ਗੱਲ ਤੁਹਾਡੀ ਝੂਠ ਨਿਕਲ ਰਹੀ ਹੈ। ਸੋ ਹੁਣ ਇਹ ਜਿਹੜਾ ਖਿਡਾਰੀਆਂ ਵਾਲਾ ਮਸਲਾ ਹੈ ਇਹਦੇ ਤੇ ਕਲੈਰਿਟੀ ਨਾਲ ਸਾਹਮਣੇ ਆਓ, ਦੱਸੋ ਕਿਹੜਾ ਖਿਡਾਰੀ ਹੈ, ਕਿਹੜੀ ਜੌਬ ਦੇ ਲਈ 2 ਕਰੋੜ ਦੇ ਰਿਹਾ ਸੀ, ਕਿਹਨੂੰ ਦੇ ਰਿਹਾ ਸੀ, ਪਰਚਾ ਦੇ ਕੇ ਸਾਰਾ ਕੁਝ ਪੰਜਾਬੀਆਂ ਸਾਹਮਣੇ ਰੱਖੋ। ਤੇ ਇੱਕ ਜਿਹੜੀ ਆ ਝੂਠੀ ਜੀ ਸ਼ੋਹਰਤ ਵਾਲੀਆਂ ਐਡਵਰਟਾਈਜ਼ਮੈਂਟਾਂ ਕਿ ਜੀ ਕਰਪਸ਼ਨ ਫਰੀ ਹੋ ਗਿਆ, ਹੋਰ ਐਸੇ ਜਿਹੜੇ ਚੂਨੇ ਤੁਸੀਂ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਲਾ ਰਹੇ ਹੋ, ਇਹਨਾਂ ਨੂੰ ਕਿਰਪਾ ਕਰਕੇ ਬੰਦ ਕਰੋ।